दूजे नूं मौका मिलेगा फिर बोलने दा ना अफसरां दे कोल। प्रधान नछत्तर सिंह संधु नेहरी एसोसीएशन अमृतसर वालों मैं भगवंत मान साहब अगर बेनती करते हैं भगवंत मान साहब तुहानू वोटां लोगों ने बड़ी उम्मीदा ना पाइया सी तुसीं उम्मीदां दे लोगों दी उम्मीदां दे खरे उतरोगे। सानू 3 महीने 2.5 महीने का समा हो गया असीं बड़े शांतिपूर्वक तुहाडे हर MLA तक पहुँच की तुहाडे दा नंबर लाया तुसीं नंबर नहीं चुके तुहाडे दा बहुत कुछ तुहाडा समा मंगया गया तुहाडा कोई समा भी नहीं दिता गया किसे कोल ते असीं शांतिपूर्वक बाबा शुभ सिंह दी रहनुमाई हेठ ਤੁਹਾਨੂੰ ਜਗਾਉਣ ਵਾਸਤੇ ਸ਼ਾਂਤੀਪੂਰਵਕ ਪ੍ਰੇਰਿਤ ਕਰਦਾ ਚਾਹੁੰਦੇ ਹਾਂ ਅਤੇ ਤੁਸੀਂ ਜਾਗੋ। ਹਰਿਆਣਾ ਸਰਕਾਰ ਨੇ ਤੂੜੀ 'ਤੇ ਰੋਕ ਲਾ ਦਿੱਤੀ ਆ, ਅਸੀਂ ਬੇਨਤੀ ਕਰਦੇ ਹਾਂ ਤੁਸੀਂ ਵੀ ਲਾ ਦਿਓ, ਨਹੀਂ ਤਾਂ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਡੰਗਰ ਭੁੱਖੇ ਮਰਨਗੇ, ਅਸੀਂ ਇਹਨਾਂ ਨੂੰ ਸੜਕਾਂ 'ਤੇ ਛੱਡਣ 'ਤੇ ਮਜਬੂਰ ਹੋ ਜਾਵਾਂਗੇ ਅਤੇ ਇਹ ਮਜਬੂਰ ਸੜਕ ਡੰਗਰਾਂ 'ਤੇ ਆਉਣਗੇ ਅਤੇ ਹਾਦਸਿਆਂ ਦੇ ਕਾਰਨ ਬਣਨਗੇ ਅਤੇ ਇੱਕ ਸਮੱਸਿਆ ਨਾਲ ਕਈ ਸਮੱਸਿਆ ਹੋਰ ਪੈਦਾ ਹੋਣਗੀਆਂ ਜਿਹੜੀਆਂ ਸਮੱਸਿਆ ਮੁੜ ਕੇ ਕਵਰ ਨਹੀਂ ਹੋਣੀਆਂ। ਅਸੀਂ ਅੱਗੇ ਹੀ ਪੰਜਾਬ ਨੇ ਬੜਾ ਸੰਤਾਪ ਬਣਾਇਆ ਵਾ, ਬੜਾ ਟਾਈਮ ਵੇਖਿਆ ਵਾ ਅਤੇ ਉਹ ਕਾ ਟਾਈਮ 'ਚ ਲੋਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਅਸੀਂ ਤਾਂ ਉਹ ਸਮਝਦੇ ਹਾਂ ਕਿ ਉਹ ਸੰਤਾਪ ਲੋਕਾਂ ਨੂੰ ਫਿਰ ਅੱਤਵਾਦ ਵਾਲਾ ਵੇਖਣਾ ਪਊਗਾ। ਉਦੋਂ ਵੀ ਭੁੱਖਿਆਂ ਮਰਦੇ ਆ ਲੋਕ, ਸੰਘਰਸ਼ ਲੈ ਤੁਰੇ ਸੀ ਅਤੇ ਹੁਣ ਸ਼ਾਂਤੀਪੂਰਵਕ ਸੰਘਰਸ਼ ਕਰਨ ਡਏ ਹਾਂ ਅਤੇ ਸਾਨੂੰ ਸ਼ਾਂਤੀ ਸੰਘਰਸ਼ ਦੇ ਵਿੱਚ ਸਾਡੀਆਂ ਮੰਗਾਂ ਮੰਨੀਆਂ ਜਾਣ, ਸਾਡੇ ਨਾਲ ਧਿਆਨ ਦਿੱਤਾ ਜਾਵੇ, ਸਾਡੇ ਨਾਲ ਇੱਕ ਡੇਅਰੀ ਪਾਰਕ ਬਣਾ, ਘੱਟ ਤੋਂ ਘੱਟ 8 ਤੋਂ 10 ਪਰਿਵਾਰ ਜੁੜੇ ਨੇ, ਜੇ ਇੱਕ ਡੇਅਰੀ ਪਰਿਵਾਰ ਦੂਜਾ ਬੜਾ ਖਤਮ ਹੁੰਦਾ ਤਾਂ 10 ਪਰਿਵਾਰ ਖਤਮ ਹੁੰਦੇ ਨੇ। ਤੁਹਾਨੂੰ ਅੱਗੇ ਪਤਾ ਕਿ ਕਿਸਾਨ ਅੱਗੇ ਖੁਦਕੁਸ਼ੀਆਂ ਕਰਨ ਡਏ ਨੇ, ਛੋਟਾ ਕਿਸਾਨ ਦੁੱਧ ਦੇ ਡਿਪੈਂਡ ਆ, ਜੇ ਤੂੜੀ ਮਹਿੰਗੀ ਹੋ ਗਈ ਤਾਂ ਛੋਟਾ ਕਿਸਾਨ ਫਿਰ ਖੁਦਕੁਸ਼ੀਆਂ ਕਰੇਗਾ। ਅਸੀਂ ਬੇਨਤੀ ਕਰਦੇ ਸਰਕਾਰ ਅੱਗੇ ਸਾਡੀ ਸ਼ਾਂਤੀਪੂਰਵਕ ਮੰਗਾਂ ਮੰਨੀਆਂ ਜਿਹੜੀ ਗੱਲ ਮੈਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਾਬਾ ਸੁੱਧ ਸਿੰਘ ਜੀ ਸ੍ਰੀ ਮਾਛੀਵਾੜਾ ਸਾਹਿਬ ਵਾਲੇ ਧੰਨ ਧੰਨ ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਭੂਰੀ ਵਾਲੇ ਬੀਨੇਵਾਲ ਕੁਟੀਆ ਜਿਨ੍ਹਾਂ ਦੀ ਰਹਿਣਮਾਈ ਹੇਠ ਅੱਜ ਸੱਦੇ ਅਤੇ ਉਹਨਾਂ ਦੇ ਹੁਕਮ 'ਤੇ ਇਕੱਠ ਅੱਜ ਅੰਮ੍ਰਿਤਸਰ ਸਾਹਿਬ ਗੋਲਡਨ ਗੇਟ 'ਤੇ ਕੀਤਾ ਗਿਆ। ਇਹ ਸਾਰਾ ਜੋ ਵੀ ਪ੍ਰੋਗਰਾਮ ਸੀ ਇਹ ਮੇਰੇ ਸਤਿਕਾਰਯੋਗ ਭਰਾ ਡੇਅਰੀ ਫਾਰਮ ਹਾਊਸ ਮੱਝਾਂ ਗਾਈਆਂ ਪਾਲਣ ਵਾਲੇ ਅਤੇ ਗਊ ਭਗਤਾਂ ਵੱਲੋਂ ਅਸੀਂ ਸਰਕਾਰ ਤੋਂ ਮੰਗ ਰੱਖੀ ਹੈ ਕਿ ਜਿਹੜੀ ਤੂੜੀ ਭੱਠਿਆਂ ਵਿੱਚ ਜਿਹੜੀ ਤੂੜੀ ਮਿੱਲਾਂ ਵਿੱਚ ਜਲਾਈ ਜਾਂਦੀ ਹੈ ਉਹ ਨਾ ਜਲਾਈ ਜਾਵੇ, ਜਿਹੜੀ ਗੱਤਾ ਮਿੱਲਾਂ ਅਤੇ ਪੇਪਰ ਮਿੱਲਾਂ ਵਿੱਚ ਗਾਲੀ ਜਾਂਦੀ ਉਹ ਨਾ ਗਾਲੀ ਜਾਵੇ। ਸਰਕਾਰ ਨੂੰ ਬੇਨਤੀ ਕਰੀ ਹੈ ਪੰਜਾਬ ਤੋਂ ਬਾਹਰ ਤੂੜੀ ਨਾ ਜਾਣ ਦਿੱਤੀ ਜਾਵੇ, ਮਿੱਲਾਂ ਭੱਠਿਆਂ ਅਤੇ ਗੱਤਾ ਫੈਕਟਰੀਆਂ ਗਾਲਣੀ ਅਤੇ ਜਾਲਣੀ ਬੰਦ ਕਰ ਦਿਓ। ਅੱਜ ਅਸੀਂ ਪ੍ਰਸ਼ਾਸਨ ਦੇ ਬੇਨਤੀ ਦੇ ਜਾਂ ਹੁਕਮ ਦੀ ਬੇਨਤੀ ਦੇ ਅਸੀਂ ਆਪਦਾ ਧਰਨਾ ਸਮਾਪਤ ਕਰਦੇ ਹਾਂ। ਅਗਰ ਸੋਮਵਾਰ ਨੂੰ ਅਸੀਂ ਪੰਜਾਬ ਦੇ ਸਾਰੇ DC ਨੂੰ ਫੇਰ ਦੇ ਰਹੇ ਹਾਂ, ਜੇ ਫੇਰ ਵੀ ਨਾ ਗੱਲ ਸੁਣੀ ਗਈ ਫਿਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਘੇਰਾਂਗੇ, ਫਿਰ ਉਹਨੇ ਵੀ ਨਾ ਸੁਣੀ ਫਿਰ ਪ੍ਰਧਾਨ ਮੰਤਰੀ ਦਾ ਕੁੰਡਾ ਖੜਕਾਵਾਂਗੇ। ਮੈਂ ADSP ਟ੍ਰੈਫਿਕ ਐਂਡ ਏਜੰਸੀ 3 ਅੰਮ੍ਰਿਤਸਰ ਅੱਜ ਮਹਾਂਪੁਰਸ਼ਾਂ ਦੀ ਪ੍ਰਧਾਨਗੀ ਹੇਠ ਗਊਸ਼ਾਲਾ ਨੂੰ ਲੈ ਕੇ ਔਰ ਤੂੜੀ ਨੂੰ ਲੈ ਕੇ ਔਰ ਉਹਨਾਂ ਦੀ ਖੁਰਾਕ ਨੂੰ ਲੈ ਕੇ ਇੱਕ ਧਰਨਾ ਲੱਗਾ ਸੀਗਾ। ਉਹਦੇ ਸੰਬੰਧ 'ਚ ਇਹਨਾਂ ਦੀਆਂ 4 ਮੰਗਾਂ ਸੀਗੀਆਂ ਵੀ ਜਿਹੜੀ ਤੂੜੀ ਜਾਂ ਹੋਰ ਪੱਠਾ ਹੈਗਾ ਉਹ ਮਿੱਲਾਂ ਦੇ ਵਿੱਚ ਔਰ ਭੱਠਿਆਂ ਦੇ ਵਿੱਚ ਉਹਦੀ ਯੂਜ਼ਿੰਗ ਹੋ ਰਹੀ ਹੈ, ਉਹਦੇ ਕਰਕੇ ਜਿਹੜੇ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਉਹ ਜਿਹੜਾ ਪੱਠਾ ਜਿਹੜਾ ਘੱਟ ਰਿਹਾ ਔਰ ਜਿਹੜੇ ਜਾਨਵਰ ਨੇ ਲੋਕ ਭੁੱਖੇ ਕਰਕੇ ਰੋਡ ਦਾ ਛੱਡ ਦਿੰਦੇ ਉਹਨਾਂ ਨਾਲ ਐਕਸੀਡੈਂਟ ਹੁੰਦੇ ਆ। ਔਰ ਇੱਕ ਇਹਨਾਂ ਦਾ ਮੁੱਦਾ ਸੀਗਾ ਵੀ ਜਿਹੜੀ ਗਊਸ਼ਾਲਾ ਲਈ ਲਾਈਟ ਆ ਉਹ ਸਬਸਿਡੀ ਚਾਹੀਦੀ ਹੈ, ਠੀਕ ਹੈ। 3-4 ਇਹਨਾਂ ਦੀਆਂ ਮੰਗਾਂ ਸੀਗੀਆਂ ਔਰ ਬੜੇ ਸਤਿਕਾਰ ਦੇ ਨਾਲ ਅਸੀਂ ਇਹਨਾਂ ਦੀ ਗੱਲ ਸੁਣੀ ਔਰ ਸਾਡੀ ਵੀ ਉਹਨੇ ਬੜੀ ਵਧੀਆ ਗੱਲ ਸੁਣੀ ਆ ਔਰ ਮੈਂ ਇਹਨਾਂ ਦੇ ਮਾਧਿਅਮ ਰਾਹੀਂ ਆਪ ਜੀ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜਿਹੜੇ ਪੱਠੇ ਹਨ ਉਹ ਬਾਹਰ ਨਾ ਵੇਚੇ ਜਾਣ ਤਾਂ ਕਿ ਗਊਸ਼ਾਲਾ ਦੇ ਜਿੱਥੇ ਜਿੱਥੇ ਲੋੜ ਹੈਗੀ ਆ ਉਹਨਾਂ ਨੂੰ ਉੱਥੇ ਮੁਹੱਈਆ ਕਰਾ ਕੇ ਉੱਥੇ ਉਹਨਾਂ ਨੂੰ ਸੇਲ ਕੀਤਾ ਜਾਵੇ। ਸਰ ਕਿਸਾਨ ਆਗੂਆਂ ਦਾ ਜਿਹੜਾ ਹੈਗਾ ਆਰੋਪ ਹੈਗਾ ਕਿ ਇਹ ਜਿਹੜੇ ਟਰੱਕ ਹੈਗੇ ਓਵਰਲੋਡ ਹੋ ਕੇ ਤੁਰਦੇ ਨੇ ਬਾਹਰ ਜਾਂਦੇ ਨੇ ਅਤੇ ਮਿੱਲਾਂ ਦੇ ਸਾੜੇ ਜਾਂਦੇ ਨੇ ਔਰ ਇਹਨਾਂ ਦੀ ਰੋਕਥਾਮ ਵਾਸਤੇ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾਵੇ? ਉਹਨਾਂ ਦੀ ਰੋਕਥਾਮ ਵਾਸਤੇ ਸਾਡੇ ਕੋਲ ਟ੍ਰੈਫਿਕ ਦੇ ਹਰ ਚੌਂਕ 'ਚ ਬੰਦੇ ਲੱਗੇ ਹੋਏ ਨੇ ਔਰ ਉਹਨਾਂ ਨੂੰ ਵੇਸ਼ ਕਰ ਦਿਆਂਗੇ ਅੱਜ ਤੋਂ ਹੀ ਵੀ ਤੂੜੀ ਨਾਲ ਜਿਹੜੇ ਭਰੇ ਜਾਂਦੇ ਜਾਂ ਪੱਠਿਆਂ ਦੇ ਨਾਲ ਟਰੱਕ ਜਾਂਦੇ ਨੇ ਉਹਨਾਂ ਦੀ ਲੋਕੇਸ਼ਨ ਪੁੱਛੀ ਜਾਊਗੀ ਕਿੱਥੇ ਲੈ ਕੇ ਜਾ ਰਹੇ ਨੇ ਔਰ ਉਸ ਤੋਂ ਬਾਅਦ ਅਗਲਾ ਜੇ ਉਹਨਾਂ ਦੀ ਓਵਰਲੋਡਿੰਗ ਹੋਈ ਤਾਂ ਉਹਦਾ ਚਲਾਨ ਪਹਿਲਾਂ ਵੀ ਕਰਦੇ ਤਾਂ ਹੁਣ ਵੀ ਕਰਦੇ। ਤੇ ਸਰ ਕੀ ਆਸ਼ਵਾਸਨ ਦਿੱਤਾ ਗਿਆ ਔਰ ਧਰਨਾ ਚੁਕਾ ਦਿੱਤਾ ਗਿਆ? ਹਾਂਜੀ ਬਾਬਾ ਇਹਨੂੰ ਆਸ਼ਵਾਸਨ ਦਿੱਤਾ ਗਿਆ ਔਰ ਉਹ ਧਰਨਾ ਜਿਹੜਾ ਹੁਣ ਇਹਨਾਂ ਨੇ ਚੱਕ ਲਿਆ ਹੈਗਾ ਸਾਡੇ ਕਹਿਣ 'ਤੇ ਤਾਂ ਹਮੇਸ਼ਾ ਜੋ ਇਹਨਾਂ ਦੀਆਂ ਮੰਗਾਂ ਅਸੀਂ ਉਹਨੂੰ ਪਰ CM ਸਾਹਿਬ ਤੱਕ ਪ੍ਰਸ਼ਾਸਨ ਤੱਕ ਪੂਰੀਆਂ ਪਹੁੰਚਾਵਾਂਗੇ।